मेरा गुण हर गुण विचारो कोई, माटी का क्या धोपै स्वामी, मानस की गत एही। तेरे गुण बहुते मैं एक ना जानिया, मैं मूर्ख किस दीजै, परमात्मा को सुन मेरे साहिबा, डुबदा पत्थर लीजै। सतगुरु आयो शरण तुहारी, मेरे सुख नाम हर सुबा, चिंता लाहे हमारी, अवर न सुजे तुझी ठार, हार पर्यो तो दुवारी, लिखा छोड़ लिखे छोटे, हम निर्गुण देहु भारी, सत बख्शंद सदा मेहरबाना, सबना दे आधारी, नानक दास संत पाछे परयो, राख लिहो ए बारी। वाहिगुरु साहिब जी, सोरठ महला पंजवा, परमेसर दत्ता बना, दुखरों का डेरा पन्ना, अंत करे नर नारी, हर हर प्रभु कृपा धारी, परमेश्वर दत्ता बना, दुख रोग का डेरा पन्ना, आनंद करे नर नारी, हर हर प्रभु कृपा धारी, संतोष सुख हुआ सब थाई, पार ब्रह्म पूर्ण परमेश्वर, रव रहा सबनी जाई, रहाओ तुरकी माणी आई, तिन सगले चिंत मटाई, दयाल पुरख मेहरबाना, हर नानक साच वखाना, तुरकी बाणी आई, तिन सगली चंक मटाई, दयाल पुरख मेहरबाना, हर नानक साच वखाना। वाहिगुरु जी का खालसा, वाहिगुरु जी की फतेह। गुरु प्यारी सात संगत जीओ, आप जी वड्डियां पगां वाले हो, उत्तम कर्मा वाले हो, चंगी सोच दे मालक हो, जो शामल दीवान दियां हाजरियां भरदे हुए सतगुरां दे चरण शरण विच बैठ करके आप जी ने बड़े ही प्रेम साहित रवि दे पासों अलाही बाणी दे कीर्तन सरवण करके अपने जीवन दियां घड़ियां नूं सुवासां नूं सुखियां बनाया। गुरु साहब कृपा करन सन सारिआं नूं ही मालिक, इसे तरह अपने दर घर सेवा सिमरन नाम बाणी दे नाल जोड़ी रखन। सो आप जी नूं पता ही है, कल शामां तों ही दीवान जिहड़ा कि गुरु महाराज की हजूरी दे विच सच गया सी। नवे साल 2022 नूं अलविदा कहण वास्ते अते 2023 नूं जी आया कहण वास्ते सब संगतां गुरु की हजूरी दे विच बैठ के मन भावना बिरतियां अकड़ चित करके गुरु चरणां विच आने वाले समय की उड़ीक कर रहियां सी। ਇਹ ਪ੍ਰਭੂ ਪਰਮਾਤਮਾ ਵਾਹਿਗੁਰੂ
ਪਿਛਲਾ ਸਮਾਂ ਜਿਵੇਂ ਵੀ ਬਤੀਤ ਹੋਇਆ ਉਹ ਤੁਸੀਂ ਸਾਰੇ ਹੀ ਜਾਣਦੇ ਹੋ। ਕਰੋਨਾ ਟਾਈਮ ਦੇ ਵਿੱਚ ਹਰ ਬੰਦਾ ਜਿਹੜਾ ਸੀ ਉਹ ਬੱਝ ਕੇ ਰਹਿ ਗਿਆ। ਜਿਹੜਾ ਕਿਸੇ ਦਾ ਕੋਈ ਕੰਮ ਕਾਰ ਸੀ, ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਸੀ, ਉਹਨਾਂ ਦਾ ਵੀ ਕੰਮ ਜਿਹੜਾ ਬੜਾ ਡਾਊਨ ਹੋ ਗਿਆ। ਹਰ ਬੰਦਾ ਟੈਨਸ਼ਨ ਦੇ ਵਿੱਚ, ਹਰ ਬੰਦਾ ਡਰ ਦੇ ਵਿੱਚ ਬੈਠਾ ਸੀ। ਤੁਸੀਂ ਦੇਖਦੇ ਹੋ ਅਨੇਕਾਂ ਹੀ ਜਿਹੜੀਆਂ ਮੌਤਾਂ ਸੀ ਵੀ ਇਸ ਬਿਮਾਰੀ ਦੇ ਨਾਲ ਹੋਈਆਂ। ਔਰ ਹਰ ਮਨ ਦੇ ਵਿੱਚ ਇਹ ਚਾਅ ਸੀ, ਗੁਰੂ ਪਾਤਸ਼ਾਹ ਕਿਰਪਾ ਕਰੋ, ਆਹ ਜਿਹੜਾ ਨਵਾਂ ਸਾਲ ਚੜ੍ਹਨਾ ਹੈ, ਆਉਣਾ ਇਹ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਔਰ ਸਭ ਜਾਣੇ ਹਾਂ ਜਦੋਂ ਆਪਾਂ ਗੁਰੂ ਦੀ ਹਾਜ਼ਰੀ ਦੇ ਵਿੱਚ ਆਣ ਕੇ ਇਹ ਗੱਲ ਕਹਿੰਦੇ ਹਾਂ, ਜਦੋਂ ਉਹ ਸਮਾਂ ਜਿਹੜਾ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਬਤੀਤ ਕਰਦੇ ਹਾਂ, ਫਿਰ ਮੇਰੇ ਮਾਲਕ ਜੀ ਕਹਿੰਦੇ ਜਿਹੜਾ ਅਗਲਾ ਸਮਾਂ ਉਹ ਸਾਰਾ ਹੀ ਸਤਿਗੁਰ ਸੱਚੇ ਪਾਤਸ਼ਾਹ ਸਫਲ ਬਣਾਉਂਦੇ। ਤਾਂ ਸਤਿਗੁਰਾਂ ਨੂੰ ਕਹਿਣਾ ਪਿਆ, ਆਗੇ ਸੁੱਖ ਮੇਰੇ ਨੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ। ਜਿਹੜਾ ਅਗਲਾ ਸਮਾਂ ਕਹਿੰਦੇ ਉਹ ਵੀ ਪ੍ਰਭੂ ਪਰਮਾਤਮਾ ਵਾਹਿਗੁਰੂ ਸੁੱਖਾਂ ਦੇ ਨਾਲ। ਇਸ ਕਰਕੇ ਹਰ ਬੰਦਾ ਜਿਹੜਾ ਕਿ ਆਪਣੇ ਫੀਲਡ ਦੇ ਵਿੱਚ ਤਰੱਕੀ ਵਾਸਤੇ ਹਰ ਕੰਮ ਕਰਦਾ ਹੈ। ਉਹਨੂੰ ਪਤਾ ਹੈ ਇਹ ਮੈਂ ਕਿਹੜਾ ਕੰਮ ਕਰਾਂਗਾ ਜਿਹੜੇ ਕੰਮ ਦੇ ਨਾਲ ਮੇਰੀ ਤਰੱਕੀ ਹੋਵੇਗੀ। ਪਰ ਮੇਰੇ ਮਾਲਕ ਜੀ ਕਹਿੰਦੇ ਉਹ ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਅਪਣਾਉਣੀਆਂ ਸ਼ੁਰੂ ਕਰਦਾ। ਜੇ ਕੋਈ ਬਿਜ਼ਨਸਮੈਨ ਆਪਣੀ ਦੁਕਾਨ ਚਲਾਉਂਦਾ ਹੈ, ਦੁਕਾਨ ਦੇ ਵਿੱਚ ਸ਼ੌਪ ਦੇ ਵਿੱਚ ਜਿਹੜਾ ਉਹਦਾ ਜ਼ਿਆਦਾ ਸਮਾਨ ਵਿਕਦਾ ਹੈ ਅਤੇ ਜਿਹਦੇ ਵਿੱਚ ਉਹਨੂੰ ਜ਼ਿਆਦਾ ਫਾਇਦਾ ਹੁੰਦਾ ਹੈ, ਉਸੇ ਸਮਾਨ ਨੂੰ ਵਾਰ 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 ਉਹ ਸ਼ੌਪ ਦੇ ਵਿੱਚ ਲੈ ਕੇ ਆਉਂਦਾ। ਇਸ ਕਰਕੇ ਮੇਰੇ ਮਾਲਕ ਜੀ ਕਹਿੰਦੇ ਇਹ ਜੀਵ ਤੂੰ ਵੀ ਚੰਗੇ ਗੁਣਾਂ ਦਾ ਧਾਰਨੀ ਬਣ, ਚੰਗੇ ਗੁਣ ਧਾਰਨ ਕਰਨ ਦੇ ਨਾਲ ਤੈਨੂੰ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਿਰ 'ਤੇ ਸਲਾਹ ਮਿਲੇਗੀ, ਤੈਨੂੰ ਮਾਣ ਅਤੇ ਇੱਜ਼ਤ ਜਿਹੜੀ ਕਹਿੰਦੀ ਉਹ ਪ੍ਰਾਪਤ ਹੋਏਗੀ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਇਹ ਜੀਵ ਤੂੰ ਕਾਹੇ ਕਰਕੇ ਡੋਲਦਾ ਹੈ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣ ਹਾਰ, ਜਿਨ ਪਦਾਇਸ਼ ਤੂੰ ਕੀ ਆ ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਮਦਗਾਰ। ਫਿਰ ਅਗਲੀ ਜਿਹੜੀ ਗੱਲ ਕੀ ਆਖਿਆ, ਤੈਨੂੰ ਮੈਂ ਡੋਲਣ ਨਹੀਂ ਦਿੰਦਾ ਪਰ ਇੱਕ ਕੰਮ ਕਰੀ, ਕਰ ਬੰਦੇ ਤੋਂ ਬੰਦਗੀ ਜਿੱਚਰ ਘੱਟ ਮੈਂ ਸਾਹ, ਜਿੰਨਾ ਚਿਰ ਤੱਕ ਤੇਰੇ ਵਿੱਚ ਸਾਹ ਹੈ ਤੂੰ ਬੰਦਗੀ ਕਰ, ਪਰਮਾਤਮਾ ਦਾ ਨਾਮ ਜਪ। ਹਰ ਚੀਜ਼ ਨੂੰ ਹੋਲਡ ਕਰਨ ਵਾਸਤੇ ਕੋਈ ਨਾ ਕੋਈ ਸਪੋਰਟ ਦਿੱਤੀ ਜਾਂਦੀ ਹੈ। ਜਿਸ ਬਿਲਡਿੰਗ ਦੇ ਥੱਲੇ ਆਪਾਂ ਬੈਠੇ ਹਾਂ, ਇਸ ਬਿਲਡਿੰਗ ਨੂੰ ਵੀ ਸਪੋਰਟ ਆ, ਤਾਂ ਇਹ ਬਿਲਡਿੰਗ ਖੜੀ ਹੈ, ਵਰਨਾ ਨਹੀਂ ਤਾਂ ਇਹ ਬਿਲਡਿੰਗ ਖੜੀ ਨਹੀਂ ਹੋ ਸਕਦੀ। ਇਹ ਬਿਲਡਿੰਗ ਕਿਸੇ ਸਪੋਰਟ ਦੇ ਉੱਤੇ ਖਲੋਤੀ ਹੈ, ਪਰ ਮੇਰੇ ਮਾਲਕ ਜੀ ਕਹਿੰਦੇ ਤੇਰੇ ਮਨ ਨੂੰ ਵੀ ਤੇ ਸਪੋਰਟ ਚਾਹੀਦੀ ਹੈ ਨਾ। ਜਦੋਂ ਤੇਰਾ ਕਿਤੇ ਮਨ ਡੋਲੇ, ਤੇ ਜਦੋਂ ਮਨ ਡੋਲੇ ਤੇ ਫਿਰ ਤੇਰੇ ਮਨ ਨੂੰ ਸਪੋਰਟ ਚਾਹੀਦੀ ਹੈ। ਜੋ ਮੰਦਰ ਕੋ ਥੰਮੇ ਥੰਮਣ ਤੇ ਉਹ ਗੁਰ ਕਾ ਸ਼ਬਦ ਮੰਨੇ ਸਨ, ਜਿਵੇਂ ਇੱਕ ਮੰਦਰ ਨੂੰ, ਇੱਕ ਘਰ ਨੂੰ, ਇੱਕ ਬਿਲਡਿੰਗ ਨੂੰ ਥੰਮਣ ਵਾਸਤੇ, ਉਹਨੂੰ ਹੋਲਡ ਕਰਨ ਵਾਸਤੇ ਮੇਰੇ ਮਾਲਕ ਜੀ ਕਹਿੰਦੇ ਕਿਸੇ ਥੰਮੀ ਦੀ ਲੋੜ ਪੈਂਦੀ, ਸਕੂਨ ਦੀ ਲੋੜ ਪੈਂਦੀ ਹੈ। ਜੇ ਕਿਧਰੇ ਤੇਰਾ ਮਨ ਵੀ ਡੋਲੇ, ਮਨ ਨੂੰ ਟਿਕਾਉਣਾ ਹੈ, ਮਨ ਨੂੰ ਖਿਲਾਰਨਾ ਹੈ, ਮਨ ਨੂੰ ਹੋਲਡ ਰੱਖਣਾ ਹੈ, ਤੇ ਫਿਰ ਮੇਰੇ ਮਾਲਕ ਜੀ ਕਹਿੰਦੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਸ਼ਬਦ ਦਾ ਤੈਨੂੰ ਓਟ ਤੇ ਆਸਰਾ ਲੈਣਾ ਪਵੇਗਾ। ਗੁਰੂ ਦੀ ਬਾਣੀ ਕਿਸੇ ਨੂੰ ਡੋਲਣ ਨਹੀਂ ਦਿੰਦੀ। ਇੱਥੇ ਤੇ ਬੰਦ ਬੰਦ ਜਦੋਂ ਕੱਟਣ ਲੱਗੇ ਆ ਨਾ ਭਾਈ ਮਨੀ ਸਿੰਘ ਜੀ ਨੂੰ, ਤੇ ਉਹ ਗੁੱਟ ਦੇ ਉੱਤੇ ਜਲਾਦ ਜਦੋਂ ਲੱਗਾ ਨਾ, ਕੱਟਣ ਲੱਗਾ, ਹਥਿਆਰ ਮਾਰਨ ਲੱਗਾ, ਤੇ ਭਾਈ ਤਾਰੂ ਸਿੰਘ ਨੇ, ਭਾਈ ਮਨੀ ਸਿੰਘ ਨੇ ਉਹਦੀ ਬਾਂਹ ਫੜ ਲਈ। ਅੱਖ ਲੱਗੀ ਕੀ ਕਰਨ ਲੱਗਾ, ਅੱਖ ਲੱਗੀ ਤੈਨੂੰ ਕੱਟਣ ਲੱਗਾ ਬੰਦ ਵੱਗ ਕੇ, ਤੇ ਫਿਰ ਬੰਦ ਇੱਥੇ ਹੀ ਬਣਦਾ, ਬੰਦ ਤੇ ਤੇਰੇ ਪੋਟੇ ਦੇ ਉੱਤੇ ਬਣਦਾ ਹੈ, ਜਿਹੜਾ ਉਂਗਲੀ ਦਾ ਫਿੰਗਰ ਦਾ ਅਗਲਾ ਹਿੱਸਾ ਕਹਿੰਦੀ ਉੱਥੋਂ ਬੰਦ ਬਣਦਾ ਹੈ। ਜੇ ਤੂੰ ਬੰਦ ਬੰਦ ਮੈਨੂੰ ਕੱਟਣਾ ਤੇ ਫਿਰ ਇਹਤੋਂ ਘੱਟ ਹੈ। ਮੇਰੇ ਗੁਰੂ ਦਾ ਹੁਕਮ ਹੈ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖੀ ਗਸ ਸਿਰਜਣ ਹਰ, ਮੈਂ ਤੇ ਡੋਲਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਮੈਂ ਤੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਉਹਦੇ ਹੁਕਮ ਦੇ ਵਿੱਚ ਹੈ, ਤੇ ਤੂੰ ਕਿਉਂ ਆਪਣੇ ਮਾਲਕ ਦੇ ਹੁਕਮ ਦੀ ਉਲੰਘਣਾ ਕਰ ਰਿਹਾ ਹੈ, ਤੂੰ ਵੀ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਚੱਲ ਜਿਵੇਂ ਤੈਨੂੰ ਉਹਨੇ ਕਿਹਾ ਉਵੇਂ ਕਰ। ਉਹ ਡੋਲਣ ਲਈ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਲ, ਬਾਣੀ ਕਿਸੇ ਨੂੰ ਡੋਲਣ ਨਹੀਂ ਦਿੰਦੀ। ਇਸ ਕਰਕੇ ਮੇਰੇ ਮਾਲਕ ਜੀ ਕਹਿੰਦੇ ਜਿੰਨਾ ਜਿੰਨਾ ਜੀਵਾਂ ਨੇ ਵੀ ਬਾਣੀ ਦਾ ਓਟ ਤੇ ਆਸਰਾ ਲਿਆ ਹੈ ਉਹ ਸਕਸੈਸਫੁੱਲ ਹੋਏ।
ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀ ਆਏ, ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਪ੍ਰਭੂ ਪਰਮਾਤਮਾ ਵਾਹਿਗੁਰੂ ਕਿਸੇ ਨੂੰ ਡੋਲ ਨਹੀਂ ਦਿੰਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਦੇ ਪਾਵਨ ਹੁਕਮ ਦੇ ਵਿੱਚ ਸਮਝਾਉਣਾ ਕੀਤਾ। ਅੰਮ੍ਰਿਤ ਵੇਲੇ ਪਾਵਨ ਹੁਕਮ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤੇ ਆਖਿਆ ਪਰਮੇਸ਼ਰ ਦਿੱਤਾ ਬੰਨਾ, ਬੰਨੇ ਤੋਂ ਭਾਵ ਇੱਕ ਰੋਕ ਲਾ ਦੇਣੀ। ਤੁਸੀਂ ਦੇਖਦੇ ਹੋ ਜਦੋਂ ਜ਼ਿਮੀਦਾਰ ਭਰਾ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਆ ਤੇ ਉਹ ਵੱਟਾਂ ਮਾਰਦੇ ਆ, ਉਹ ਕਿਆਰੀਆਂ ਬਣਾ ਕੇ ਹਰ ਜ਼ਮੀਨ ਦੇ ਖੇਤਰ ਦੇ ਵਿੱਚ ਪਾਣੀ ਜਿਹੜਾ ਕਿ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਦੇ। ਕਿਉਂ? ਕਿ ਤੇਰੀ ਜ਼ਮੀਨ ਜਿਹੜੀ ਹੈ, ਖੇਤੀ ਜਿਹੜੀ ਹੈ, ਉਹ ਸੁੱਕੀ ਨਾ ਰਹਿ ਜਾਵੇ। ਜੇ ਕਿਤੋਂ ਪਾਣੀ ਜਿਹੜਾ ਉਹ ਵਗਦਾ ਹੋਵੇ, ਐਵੇਂ ਜਾਂਦਾ ਹੋਵੇ, ਉੱਥੇ ਬੰਨਾ ਲਾਉਂਦੇ, ਉੱਥੇ ਰੋਕ ਲਾਉਂਦੇ ਕਿ ਪਾਣੀ ਜਿਹੜਾ ਇੱਧਰ ਨੂੰ ਨਾ ਜਾਵੇ। ਫਿਰ ਮੇਰੇ ਮਾਲਕ ਜੀ ਕਹਿੰਦੇ ਕਿ ਕਾਲਾਂ ਵਾਲੇ ਪਾਸੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਬੰਨਾ ਲਾ ਦਿੱਤਾ, ਰੋਕ ਲਾ ਦਿੱਤੀ, ਹੁਣ ਵਿਕਾਰ ਮੇਰੇ ਹਿਰਦੇ ਦੇ ਵਿੱਚ ਆਉਂਦਾ ਹੀ ਕੋਈ ਨਹੀਂ, ਤੇ ਮੈਨੂੰ ਦੁੱਖ ਕਿਵੇਂ ਮਿਲਣਗੇ? ਕਿਉਂ ਜਦੋਂ ਦੁੱਖ ਮਿਲਦੇ ਆ ਨਾ ਬੰਦੇ ਨੂੰ, ਵਿਕਾਰਾਂ ਦੇ ਨਾਲ ਦੁੱਖ ਮਿਲਦੇ ਆ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਹੁਣ ਦੁੱਖਾਂ ਦੇ ਡੇਰਾ ਜਿਹੜਾ ਸੀ ਨਾ, ਉਹਨਾਂ ਨੇ ਬਣਾਇਆ ਹੋਇਆ ਸੀ, ਆਪਣੀ ਬਹਿਕ ਬਣਾਈ ਹੋਈ ਸੀ, ਉਹ ਭੱਜ ਗਈ, ਉਹ ਖਤਮ ਹੋ ਗਈ। ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਇੱਥੇ ਆਨੰਦ ਕਰੇ ਨਰ ਨਾਰੀ ਤੋਂ ਭਾਵ ਹੈ ਸਾਰੇ ਹੀ ਲੋਕ, ਸਾਰੇ ਹੀ ਜੀਵ, ਉਹ ਆਨੰਦ ਮਾਣਦੇ, ਉਹ ਖੁਸ਼ੀਆਂ ਮਾਣਦੇ ਹੈ ਜਦੋਂ ਗੁਰੂ ਪਰਮਾਤਮਾ ਵਾਹਿਗੁਰੂ ਨੇ ਜਿਹਨਾਂ ਉੱਤੇ ਕਿਰਪਾ ਕਰਤੀ, ਹਰ ਹਰ ਪ੍ਰਭ ਕਿਰਪਾ ਕਰ। ਸੰਤੋਸ਼ ਸੁਖ ਹੋਵਾ ਸਭ ਥਾਈ, ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਗਿਆਨ ਹਰ ਜਗ੍ਹਾ ਕੰਮ ਆਉਂਦਾ ਹੈ। ਤੁਸੀਂ ਕੋਈ ਕੰਮ ਸਿੱਖਿਆ ਹੋਵੇ, ਅੱਜ ਤੁਸੀਂ ਇੱਥੇ ਕੰਮ ਕਰਦੇ ਹੋ, ਕੱਲ ਨੂੰ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ, ਹੋਰ ਮੁਲਖ ਦੇ ਵਿੱਚ ਜਾ ਕੇ ਕੰਮ ਕਰਦੇ ਹੋ, ਪਰ ਗਿਆਨ ਤੇ ਤੁਸੀਂ ਇੱਥੋਂ ਪ੍ਰਾਪਤ ਕੀਤਾ ਨਾ। ਗਿਆਨ ਹਰ ਜਗ੍ਹਾ ਕੰਮ ਆਵੇਗਾ। ਇਸੇ ਤਰ੍ਹਾਂ ਮੇਰੇ ਮਾਲਕ ਜੀ ਕਹਿੰਦੇ ਜਦੋਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਬਾਣੀ ਹਿਰਦੇ ਦੇ ਵਿੱਚ ਵਸ ਗਈ, ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ। ਜਿੱਥੇ ਤੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰੇਗਾ, ਉੱਥੇ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਆੜ ਕੇ ਤੇਰੀ ਬਾਹ ਕਰੇਗਾ, ਤੇਰੇ ਮੋਢੇ ਦੇ ਉੱਤੇ ਹੱਥ ਰੱਖੇਗਾ। ਜੇ ਲੱਖਣ ਜੇ ਮੱਖਣ ਸ਼ਾਹ ਲਵਾਉਣੇ ਨੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਬੇੜਾ ਡੁੱਬਦਾ ਜਾ ਰਿਹਾ ਹੈ, ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ, ਮੇਰਾ ਬੇੜਾ ਡੁੱਬਦਾ ਜਾ ਰਿਹਾ ਹੈ, ਮੇਰੇ ਬੇੜੇ ਨੂੰ ਉਤਾਰ ਦਿਓ, ਤੁਹਾਡੇ ਦਰਬਾਰ ਦੇ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਮੈਂ 500 ਮੋਹਰ ਲੈ ਕੇ ਆਵਾਂਗਾ। ਬੇੜਾ ਜਿਹੜਾ ਉਹਦਾ ਉਤਰ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਤਾਰ ਦਿੱਤਾ, ਪਾਰ ਕਰ ਦਿੱਤਾ ਬੇੜਾ। ਅੱਜ ਉਹ 500 ਮੋਹਰ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਆਇਆ। ਆਣ ਕੇ ਜਦੋਂ ਵੇਖਿਆ ਕਿ 22 ਮੰਜੀਆਂ ਲਾ ਕੇ ਵੱਖੋ ਵੱਖ ਗੁਰੂ ਬੈਠੇ ਆ, ਹੁਣ ਪਤਾ ਨਹੀਂ ਕਿ ਸੱਚਾ ਗੁਰੂ ਕਿਹੜਾ ਹੈ। ਜਦੋਂ ਜਿਹੜੇ ਗੁਰੂ ਨੂੰ ਵੀ ਮੱਥਾ ਟੇਕਦਾ ਹੈ, 5 ਮੋਹਰਾਂ ਰੱਖਦਾ ਹੈ, ਮੱਥਾ ਟੇਕ ਲੈਂਦਾ, 5 ਮੋਹਰਾਂ ਰੱਖਦਾ, ਮੱਥਾ ਟੇਕ ਲੈਂਦਾ। ਜਦੋਂ 22 ਨੂੰ ਮੱਥਾ ਟੇਕ ਰਿਹਾ ਹੈ, 5-5 ਮੋਹਰਾਂ ਰੱਖ ਕੇ ਕਿਸੇ ਨੂੰ ਪੁੱਛਿਆ ਵੀ ਕੋਈ ਹੋਰ ਵੀ ਗੁਰੂ ਹੈ? ਕਹਿਣ ਲੱਗੇ ਹਾਂ ਹੈ ਗੁਰੂ, ਭੋਰੇ ਦੇ ਵਿੱਚ ਰਹਿੰਦਾ ਹੈ, ਉੱਥੇ ਨਾਮ ਜਪਦਾ ਰਹਿੰਦਾ ਹੈ, ਜਿਹਨੂੰ ਤੇਗਾ ਤੇਗਾ ਦੁਨੀਆਂ ਦੇ ਲੋਕ ਕਹਿੰਦੇ ਆ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੱਖਣ ਸ਼ਾਹ ਲਵਾਣੇ ਨੇ 5 ਮੋਹਰਾਂ ਰੱਖ ਕੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਮੱਖਣ ਸ਼ਾਹ ਹੁਣੇ ਭੁੱਲ ਗਿਆ, ਹਜੇ ਤੇ ਸਾਡੇ ਮੋਢੇ ਦਾ ਜ਼ਖਮ ਵੀ ਠੀਕ ਨਹੀਂ ਹੋਇਆ। ਮੋਢੇ ਉੱਤੋਂ ਚਾਦਰ ਲਾਈਏ, ਆਖਿਆ ਦੇਖ ਅਜੇ ਤੇ ਜ਼ਖਮ ਜਿਹੜਾ ਕਿਲ ਤੇਰੇ ਬੇੜੇ ਦਾ ਸਾਡੇ ਮੋਢੇ ਦੇ ਵਿੱਚ ਵਜਿਆ ਹੋਇਆ ਹੈ, ਤੂੰ ਭੁੱਲ ਗਿਆ। 500 ਮੋਹਰ ਚੜ੍ਹਾ ਕੇ ਸੁੱਕ ਕੇ ਤੇ ਤੂੰ 5 ਮੋਹਰਾਂ ਰੱਖ ਕੇ ਮੱਥਾ ਟੇਕ ਰਿਹਾ ਹੈ, ਤੇ ਮੱਖਣ ਚਾਹ ਲਗਾਉਣਾ ਜਿਹੜਾ ਸੀ ਕੋਠੀ ਉੱਤੇ ਚੜ੍ਹ ਕੇ ਆਖਣ ਲੱਗਾ, ਸੱਚਾ ਗੁਰ ਲਾਧੋ, ਸੱਚਾ ਗੁਰ ਲਾਧੋ ਰੇ, ਮੈਨੂੰ ਗੁਰਮੁਖ ਢੁੱਡ ਢੁੱਡੇਂਦੇ ਆ, ਪਰ ਸੱਜਣ ਲੱਗਾ ਰਾਮ ਰਾਜੇ, ਅੰਚਲ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮੰਤਰ ਵਿੱਧਾ, ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਹੋਦਾ। ਮੈਨੂੰ ਰਸ ਆ ਗਿਆ, ਮੈਂ ਸੱਚੀ ਗੁਰੂ ਨੂੰ ਲੱਭ ਲਿਆ, ਮੈਂ ਸੱਚੀ ਗੁਰੂ ਦੀ ਢਾਲ ਦੇ ਵਿੱਚ ਸੀ, ਮੈਨੂੰ ਸੱਚਾ ਗੁਰੂ ਲੱਭ ਗਿਆ ਹੈ।
ਸੱਚਾ ਗੁਰੂ ਨਾ ਦੂਰੀ, ਸੱਚਾ ਗੁਰੂ ਨਾ ਦੂਰੀ, ਮੈਂ ਸੱਚਾ ਗੁਰੂ ਲੱਭ ਗਿਆ। ਤੇ ਗੁਰੂ ਪਿਆਰੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਲੀ ਨੂੰ ਕਰ ਕੇ ਅਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੁਸੀਂ ਦੁਨੀਆ ਦੇ ਲੋਕੋ ਜੇ ਗੁਰੂ ਮੰਨਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ। ਇਹ ਗੁਰੂ ਕਦੇ ਤੁਹਾਡੇ ਨਾਲ ਧੋਖਾ ਨਹੀਂ ਕਰੇਗਾ, ਇਹ ਗੁਰੂ ਤੁਹਾਡੇ ਉੱਤੇ ਕਿਰਪਾ ਕਰੇਗਾ। ਤਾਂ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਤੇ ਆਖਿਆ ਸੰਤੋ ਸੁੱਖ ਹੋਵਾ ਸਭ ਥਾਈਂ, ਸਭ ਥਾਈਂ ਸੁੱਖ ਪ੍ਰਾਪਤ ਹੋਵੇਗਾ ਜਿੱਥੇ ਤੂੰ ਗੁਰੂ ਨੂੰ ਧਿਆਉਣਾ ਕਰੇਗਾ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਿਹਾ ਸਭਨੀ ਜਾਈ। ਇੱਕ ਜਗ੍ਹਾ ਤੇ ਨਹੀਂ ਪਰਮਾਤਮਾ ਵਸ ਰਿਹਾ, ਕਿਤੇ ਤੂੰ ਮਤ ਸੋਚੇ ਵੀ ਇਸ ਬਿਲਡਿੰਗ ਦੇ ਵਿੱਚ ਇੱਥੇ ਕੀ ਪ੍ਰਭੂ ਪਰਮਾਤਮਾ ਵਾਹਿਗੁਰੂ ਵਸ ਰਿਹਾ ਹੈ, ਬਾਹਰ ਨਹੀਂ ਹੈ। ਮੇਰੇ ਮਾਲਕ ਜੀ ਕਹਿੰਦੇ ਜਿੱਥੇ ਤੂੰ ਰਹਿ ਰਹੇਗਾ ਨਾ ਪਰਮਾਤਮਾ ਨੂੰ, ਪਰਮਾਤਮਾ ਉੱਥੇ ਹਾਜ਼ਰ ਹੋ ਜਾਏਗਾ। ਪ੍ਰਭੂ ਪਰਮਾਤਮਾ ਸਾਰੀ ਜਗ੍ਹਾ ਦੇ ਉੱਤੇ ਦਬਿਆ ਹੋਇਆ, ਸਾਰੀਆਂ ਜਗ੍ਹਾ ਦੇ ਉੱਤੇ ਵਸ ਰਿਹਾ ਹੈ, ਸਾਰੀਆਂ ਜਗ੍ਹਾ ਦੇ ਉੱਤੇ ਮੌਜੂਦ ਹੈ। ਤਾਂ ਸਤਿਗੁਰਾਂ ਨੇ ਕਿਹਾ ਘੱਟ ਘੱਟ ਮੈਂ ਹਰ ਜੂ ਵਸੈ ਸੰਤਰ ਕਿਹੋ ਪੁਕਾਰ। ਉਹਦੇ ਸਭ ਘੱਟ ਘੱਟ ਦੇ ਵਿੱਚ ਵਸ ਰਿਹਾ, ਉੱਥੇ ਕਣ ਕਣ ਦੇ ਵਿੱਚ ਵਸ ਰਿਹਾ। ਇੱਕ ਪਾਸੇ ਕਹਿੰਦਾ ਰੱਬ ਦੀ ਰਜਾ ਤੋਂ ਬਗੈਰ ਕਦੇ ਪੱਕਾ ਨਹੀਂ ਹਿੱਲਦਾ, ਤੇ ਫਿਰ ਤੋਂ ਮੇਰੇ ਮਾਲਕ ਜੀ ਕਹਿੰਦੇ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਕਰਦਾ। ਜੇ ਉਹਦੀ ਰਜਾ ਤੋਂ ਬਗੈਰ ਪੱਤਾ ਨਹੀਂ ਹਿੱਲਦਾ ਤੇ ਫਿਰ ਮੇਰੇ ਮਾਲਕ ਜੀ ਕਹਿੰਦੇ ਤੂੰ ਕਿਵੇਂ ਹਿੱਲ ਸਕਦਾ ਹੈ। ਗੁਰੂ ਪਾਤਸ਼ਾਹ ਜੀ ਦਾ ਇੱਕ ਬੜਾ ਪਾਵਨ ਬਚਨ ਆਉਂਦਾ, ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ। ਜਿੱਥੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਤੇਰੇ ਦਾਣੇ ਸੁੱਟੇ ਹੋਏ ਨਾ, ਉਹ ਤੈਨੂੰ ਚੁਗਣੇ ਪੈਣੇ। ਕਿਸੇ ਬੰਦੇ ਦੇ ਅਖਤਿਆਰ ਨੇ, ਕਿਸੇ ਬੰਦੇ ਦੇ ਮਨ ਵਿੱਚ ਕਦੇ ਉਹ ਕਿਤੇ ਉੱਥੇ ਪਹੁੰਚ ਨਹੀਂ ਸਕਦਾ। ਪ੍ਰਭੂ ਪਰਮਾਤਮਾ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣਾ ਦਿੰਦਾ। ਕਿਉਂ? ਪਰਮਾਤਮਾ ਨੇ ਉਹ ਜਗ੍ਹਾ ਲਿਖੀ ਹੋਈ ਹਰ ਬੰਦੇ ਵਾਸਤੇ। ਸੱਚ ਜਾਣਿਓ, ਆਪਾਂ ਨੇ ਕਦੀ ਇਹ ਗੱਲ ਸੋਚੀ ਵੀ ਨਹੀਂ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਆਵਾਂਗੇ। ਮੈਂ ਤਾਂ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ ਹੁੰਦਾ, ਫਸਟ ਟਾਈਮ ਜਦੋਂ ਮੈਂ ਦਿੱਲੀ ਗਿਆ ਹੈ ਸਿਰਫ ਵੀਜ਼ਾ ਲੈਣ ਵਾਸਤੇ ਗਿਆ ਸੀ, ਕਦੀ ਦਿੱਲੀ ਨਹੀਂ ਪਹਿਲਾਂ ਵੇਖੀ ਸੀ। ਅਸੀਂ ਕਦੀ ਸੋਚਿਆ ਵੀ ਸੀ ਵੀ ਇਹਨਾਂ ਮੁਲਕਾਂ ਦੇ ਵਿੱਚ ਆਵਾਂਗਾ। ਅੱਜ ਗੁਰੂ ਦੀ ਕਿਰਪਾ ਦੇ ਨਾਲ ਹਰ ਕੰਟਰੀ ਦੇ ਵਿੱਚ ਜਾ ਕੇ ਆਏ, ਕੈਨੇਡਾ, ਮੈਂ ਅਮੈਰੀਕਾ, ਹਰ ਕੰਟਰੀ ਦੇ ਵਿੱਚ, ਆਸਟ੍ਰੇਲੀਆ, ਹਰ ਕੰਟਰੀ ਦੇ ਵਿੱਚ ਗਏ ਹਾਂ। ਕਿਉਂ? ਇਹ ਜਿੱਥੇ ਜਿੱਥੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਤੁਹਾਡੇ ਦਾਣੇ ਲਿਖੇ ਆ, ਜਿੱਥੋਂ ਜਿੱਥੋਂ ਦੀ ਰੋਜੀ ਰੋਟੀ ਲਿਖੀ ਹੈ, ਉਹਨੇ ਨੱਕ ਦੇ ਵਿੱਚ ਨੱਥ ਪਾਈ ਹੈ, ਤੁਹਾਨੂੰ ਆਪਣੇ ਆਪ ਹੀ ਖਿੱਚ ਕੇ ਲੈ ਜਾਣਾ, ਤੁਹਾਨੂੰ ਜਾਣਾ ਨਹੀਂ ਪੈਣਾ, ਪਰਮਾਤਮਾ ਨੇ ਲੈ ਕੇ ਜਾਣਾ। ਉਹਨੇ ਕੋਈ ਨਾ ਕੋਈ ਜ਼ਰੀਆ ਬਣਾ ਦੇਣਾ, ਜਿਹੜਾ ਬੰਦਾ ਕੁਝ ਸੋਚ ਵੀ ਨਹੀਂ ਸਕਦਾ ਵੀ ਆ ਇੱਦਾਂ ਹੋ ਜਾਏਗਾ, ਉਹ ਹੋ ਜਾਂਦਾ। ਕਿਉਂ? ਉਹਨੇ ਬਣਾਇਆ ਹੋਇਆ, ਸਾਰਾ ਸਿਸਟਮ ਉਹਦੇ ਵੱਸ ਦੇ ਵਿੱਚ ਹੈ। ਇਸ ਕਰਕੇ ਮੇਰੇ ਮਾਲਕ ਜੀ ਕਹਿੰਦੇ ਤੂੰ ਕਾਹੀ ਡੋਲੇ ਪ੍ਰਾਣੀਆਂ ਤੂੰ ਰੱਖੇਗਾ ਸਿਰਜਣ, ਤੂੰ ਡੁੱਲਣਾ ਨਹੀਂ, ਉਹ ਤੇਰੀ ਰੱਖਿਆ ਕਰੇਗਾ। ਪ੍ਰਭੂ ਪਰਮਾਤਮਾ ਵਾਹਿਗੁਰੂ ਉਹ ਸਭ ਦੀ ਰੱਖਿਆ ਕਰਦਾ ਹੈ। ਉੱਥੇ ਮੇਰੇ ਮਾਲਕ ਜੀ ਕਹਿੰਦੇ ਅੰਡਜ ਜੇ ਰਜ ਸੇ ਤਜੇ ਉਤਪਜ ਤੇਰੇ ਕੀਤੇ ਜਨਤਾ ਏ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਮਤਾ। ਉੱਥੇ ਸਾਰਿਆਂ ਦੇ ਵਿੱਚ ਵਸਦਾ ਹੈ। ਉੱਥੇ ਮੇਰੇ ਮਾਲਕ ਜੀ ਸਭ ਕੁਝ ਸੱਚੇ ਪਾਤਸ਼ਾਹ ਜੀ ਨੇ ਚੌਪੀ ਸਾਹਿਬ ਜੀ ਦੇ ਵਿੱਚ ਸਾਨੂੰ ਸਮਝਾਉਣਾ ਕਰ ਦਿੱਤਾ ਤੇ ਆਖਿਆ ਚੀਟੀ ਤੇ ਪ੍ਰਭੂ ਪਰਮਾਤਮਾ ਸਾਰਿਆਂ ਦੀ ਪ੍ਰਤਿਪਾਲਨਾ ਕਰਦਾ ਹੈ, ਸਭ ਨੂੰ ਰੋਜੀ ਰੋਟੀ ਦਿੰਦਾ ਹੈ। ਮੇਰੇ ਮਾਲਕ ਜੀ ਕਹਿੰਦੇ ਉਹ ਤੇ ਪ੍ਰਭੂ ਪਰਮਾਤਮਾ ਵਾਹਿਗੁਰੂ ਇੱਥੋਂ ਤੱਕ ਕਿ ਸੈਲ ਪੱਥਰ ਮੈਂ ਜੰਤੇ ਉਹ ਪਾਏ ਤਾਂ ਕਾ ਰਿਜਕ ਆਪੇ ਕਰਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰਿਆ, ਉਹ ਤੇ ਜਿਹੜਾ ਪੱਥਰਾਂ ਦੇ ਵਿੱਚ ਕੀੜਾ ਹੈ ਉੱਥੋਂ ਤੱਕ ਵੀ ਪ੍ਰਭੂ ਪਰਮਾਤਮਾ ਵਾਹਿਗੁਰੂ ਰੋਟੀ ਪਹੁੰਚਾਉਂਦਾ, ਰੋਜੀ ਪਹੁੰਚਾਉਂਦਾ ਹੈ। ਤੂੰ ਕਿਹੜੀ ਗੱਲੋਂ ਡੋਲਦਾ ਹੈ? ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਪਿਆਰਿਓ, ਜਿਸ ਮਕਸਦ ਨੂੰ ਲੈ ਕੇ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਕੱਲ੍ਹ ਤੋਂ ਹਾਜ਼ਰੀਆਂ ਭਰ ਰਹੇ ਹਾਂ, ਸਵੇਰ ਤੋਂ ਹਾਜ਼ਰੀਆਂ ਭਰ ਰਹੇ ਹਾਂ, ਔਰ ਇਹੀ ਸ਼ੁਭਕਾਮਨਾਵਾਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੇ ਕਿ ਮਾਲਕਾ ਆ ਨਵਾਂ ਸਾਲ ਜਿਹੜਾ ਤੇਰੇ ਸਾਰਿਆਂ ਪਰਿਵਾਰਾਂ ਵਿੱਚ ਖੁਸ਼ੀਆਂ ਭਰਿਆ ਆਵੇ, ਸਾਰੇ ਖੁਸ਼ ਰਹਿਣ, ਸਾਰੇ ਆਬਾਦ ਰਹਿਣ, ਸਾਰੇ ਹੱਸਦੇ ਰਹਿਣ, ਸਾਰੇ ਖੁਸ਼ ਰਹਿਣ। ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਨਾਮ ਦੀ ਦਾਤ ਬਖਸ਼ ਕਰੇ। ਜਿਸ ਤਰ੍ਹਾਂ ਅੱਜ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹਾਂ, ਅਸੀਂ ਪੂਰਾ ਸਾਰੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ। ਜਿੱਦਾਂ ਅੱਜ ਗੁਰੂ ਦੀ ਬਾਣੀ ਸੁਣ ਰਹੇ ਹਾਂ, ਅਸੀਂ ਸਾਰਾ ਸਾਰੇ ਗੁਰੂ ਦੀ ਬਾਣੀ ਸੁਣਦੇ ਰਹੀਏ।
जिस तरह अज गुरु की हजूरी विच बैठे हाँ, मन करके असं इदा ही गुरु की हजूरी दे विच बैठे रहिए। तो फिर मेरे मालिक जी कहते गुरु पातशाह कृपा करन दी औखी घड़ी ना देखण नहीं, अपना बिरद संभाले हाथ दे राखी अपने को सास सास सुरत पाले साहब की कृपा पालना करेगा। तू ओदा बन जा, तू मेरा हो रहे सब जग तेरा हो। जिस दिन तू मेरा बन गया सारा संसार ही तेरा बन जाएगा। सो इनी सेवा प्रवान करनी कोइयां भुला चुका दिखेवा बला वो फतत्या को वाहिगुरु जी का खालसा वाहिगुरु जी का खालसा वाहिगुरु जी की।